ਗੁਰੂ ਰਵਿਦਾਸ ਮਹਾਰਾਜ ਗੁਰੂ ਨਾਨਕ ਦੇਵ ਮਹਾਰਾਜ ਤੋਂ ਵੱਡੇ ਸਨ ਭਗਤ ਰਵਿਦਾਸ ਜੀ ਵੱਡੇ ਨੇ ਗੁਰੂ ਨਾਨਕ ਨੇ ਲੰਗਰ ਤਿਆਰ ਕੀਤਾ ਉਹਨੂੰ ਪ੍ਰਵਾਨ ਕੀਤਾ ਖਾ ਕੇ ਭਗਤ ਰਵਿਦਾਸ ਜੀ ਨੇ ਤੇ ਉਸ ਲੰਗਰ ਨੂੰ ਪ੍ਰਮਾਨਗੀ ਰਵਿਦਾਸ ਮਹਾਰਾਜ ਨੇ ਛੱਕ ਕੇ ਦਿੱਤੀ ਹੈ ਜਾਨਕਿ ਗੁਰੂ ਨਾਨਕ ਸਾਹਿਬ ਦਾ ਰੋਲ ਕੋਈ ਨਹੀਂ ਸੀ ਗੁਰੂ ਨਾਨਕ ਸਾਹਿਬ ਨੇ ਤਾਂ ਐਵੇਂ ਲੰਗਰ ਤਿਆਰ ਕਰਤਾ ਸੀ ਗੁਣ ਗਾਵੇ ਰਵਿਦਾਸ ਭਗਤ ਜੈ ਦੇਵ ਤਰਲੋਚਨ ਕਿ ਗੁਰੂ ਨਾਨਕ ਸੱਚਿਆ ਪਾਤਸ਼ਾਹ ਤੈਨੂੰ ਰਵੀਦਾਸ ਵੀ ਗਾ ਰਿਹਾ ਜਿਹੜੇ ਗੁਰੂ ਨੇ ਹਰਮੰਦਰ ਸਾਹਿਬ ਦੇ ਵਿੱਚ ਉਹਦੇ ਬਰਾਬਰ ਤੇ ਭਾਰੇ ਆਪਣੇ ਭਗਤ ਰਵੀਦਾਸ ਜੀ ਨੂੰ ਉਸ ਗੁਰੂ ਨੂੰ ਤੁਸੀਂ ਕੀ ਕਿਥੇ ਖੜਨਦੇ ਜੀ ਅਸੀਂ ਮ ਉਹਨਾਂ ਦੀ ਉਸਤਤ ਕਰਦੇ ਆ ਭਗਤ ਰਵੀਦਾਸ ਜੀ ਦੀ ਤੇ ਯਾਰ ਇਦਾਂ ਥੋੜੀਆ ਕਿ ਤੁਸੀਂ ਗੁਰੂ ਨੂੰ ਨੀਚਾ ਵਿਖਾਈ ਜੋ ਸਾਡੇ ਗੁਰੂ ਦੀ ਗੱਲ ਹੋ ਜੇਗੀ ਜਦੋਂ ਗੁਰੂ ਦੀ ਤੋਹੀਨ ਦੀ ਗੱਲ ਹੋ ਜੂਗੀ ਤਾਂ ਅਸੀਂ ਬੋਲਾਂਗੇ ਬੋਲਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਜੀ ਮੈਂ ਪਰਸੋ ਚੋਂ ਇੱਕ ਵੀਡੀਓ ਵੇਖੀ ਹੈ ਤਾਂ ਉਹ 2.5 ਸਾਲ ਪੁਰਾਣੀ YouTube ਤੇ ਆ ਕੋਈ ਢਾਡੀ ਜਥਾ ਹੈ ਅਕਤਰ ਰਵਿਦਾਸ ਜੀ ਤੇ ਕਿਸੇ ਸਥਾਨ ਤੇ ਪ੍ਰੋਗਰਾਮ ਕਰ ਰਿਹਾ ਸੀ ਉਹਨਾਂ ਨੇ ਸਭ ਤੋਂ ਪਹਿਲਾਂ ਇੱਕ ਸ਼ੇਰ ਭੁੱਲੇ ਜੀ ਦੇ ਵਿੱਚ ਵੱਡਿਆਂ ਦੀ ਗੱਲ ਕੀਤੀ ਤੇ ਆਖਰ ਤੇ ਮੈਂ ਗੁਰੂਆਂ ਚੋਂ ਗੁਰੂਆਂ ਦੀ ਸਿਫਤ ਕਰਦਾ ਤਾਂ ਬੇ ਗੁਰੂਆਂ ਚੋਂ ਗੁਰੂ ਰਵਿਦਾਸ ਵੱਡਾ ਉਹ ਕਹਿੰਦਾ ਵੀ ਗੁਰੂਆਂ ਦੇ ਵਿੱਚੋਂ ਗੁਰੂ ਰਵਿਦਾਸ ਵੱਡਾ ਉਸ ਤੋਂ ਬਾਅਦ ਕੰਪੇਅਰ ਕਰਨ ਲੱਪਿਆ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਨਾਲ ਭਗਤ ਰਵਿਦਾਸ ਜੀ ਨੂੰ ਕਿ ਭਗਤ ਰਵਿਦਾਸ ਜਿਹੜੇ ਆ ਗੁਰੂ ਨਾਨਕ ਸੱਚੇ ਪਾਤਸ਼ਾਹ ਤੋਂ ਉਮਰ ਨੋਟ ਕਰ ਲਓ 92 ਸਾਲ ਗੁਰੂ ਰਵਿਦਾਸ ਮਹਾਰਾਜ ਗੁਰੂ ਨਾਨਕ ਦੇ ਮਹਾਰਾਜ ਤੋਂ ਉਮਰ ਦੇ ਵਿੱਚ ਵੱਡੇ ਸਨ ਉਮਰ ਵਿੱਚ ਕਿਉਂਕਿ ਉਹਨੂੰ ਪਤਾ ਕਿ ਜਿਹੜੇ ਸਿੱਖ ਆ ਨਾ ਉਹ ਅਬਦਾਲੀ ਵਰਗਿਆਂ ਨੂੰ ਵੀ ਧੂ ਧੂ ਕੇ ਮਾਰਦੇ ਰਹੇ ਉਹਨਾਂ ਨੇ ਇੰਦਰਾ ਨੂੰ ਵੀ ਪਾਰ ਬੁਲਾ ਲਿਆ ਔਰੰਗਜ਼ੇਬ ਨੂੰ ਵੀ ਵਕਤ ਪਾ ਛੱਡਿਆ ਮੈਂ ਤਾਂ ਇਹ ਆਮ ਜਿਹਾ ਬੰਦਾ ਤੇ ਜੇ ਮੈਂ ਕਿਤੇ ਕਹਤਾ ਗੁਰੂ ਨਾਨਕ ਸਾਹਿਬ ਨਿੱਕਾ ਗੁਰੂ ਵੱਡਾ ਗੁਰੂ ਭਗਤ ਰਵੀਦਾਸ ਨੂੰ ਕਹਤਾ ਤੇ ਕਿਤੇ ਮੇਰਾ ਵੀ ਨਾ ਭੋਗ ਵਾਦਨ ਪਰ ਉਹ ਇਹਨੂੰ ਕਹਿੰਦੇ ਆਂ ਆਪਾਂ ਸਿਆਸਤ ਖੇਡ ਗਿਆ ਗੁਰੂ ਨਾਨਕ ਸੱਚੇ ਬਾਦਸ਼ਾਹ ਉਹਨਾਂ ਤੋਂ ਤਕਰੀਬਨ 92 ਸਾਲ ਜਿਹੜਾ ਉਹ ਭਗਤ ਰਵੀਦਾਸ ਜੀ ਵੱਡੇ ਨੇ ਦੂਸਰੀ ਗੱਲ ਉਹ ਕਰਤਾ ਜਿਹੜਾ ਸਤਨਾਮ ਜਿਹੜਾ ਗੁਰੂ ਸਾਹਿਬ ਨੇ ਲਿਖਿਆ ਇੱਕ ਓਮਕਾਰ ਸਤਨਾਮ ਉਹ 92 ਸਾਲ ਪਹਿਲਾਂ ਹੀ ਭਗਤ ਰਵੀਦਾਸ ਜੀ ਨੇ ਜਿਹੜਾ ਉਚਾਰਨ ਕੀਤਾ ਸੀ ਤੇ ਇਹ ਸਤਨਾਮ ਸ਼ਬਦ ਦਾ ਉਚਾਰਨ ਗੁਰੂ ਨਾਨਕ ਦੇਵ ਮਹਾਰਾਜ ਤੋਂ 92 ਸਾਲ ਪਹਿਲਾਂ ਸਤਗੁਰੂ ਰਬਦਾਸ ਮਹਾਰਾਜ ਜੀ ਨੇ ਆਪਣੇ ਬੁਖਾਰ ਵਿੱਚ ਤੋਂ ਉਚਾਰਨ ਕਰ ਦਿੱਤਾ ਸੀ। ਉਹ ਕਹੇ ਰਬਦਾਸ ਨਾਮ ਤੇਰਾ ਆਰਤੀ ਸਤਨਾਮ ਹੈ ਹਰ ਭੋਗ ਤੇ ਹਾਰੇ। ਉਹ ਪੰਕਤੀ ਬੋਲਦਾ ਸਤਨਾਮ ਹੈ ਹਰ ਭੋਗ ਤੇ ਹਾਰੇ। ਹੁਣ ਜੇ ਸਤਨਾਮ ਗੁਰੂ ਸਾਹਿਬ ਨੇ ਵਰਤਿਆ ਤਾਂ ਕੁਰਬਾਨੀ ਦੀ ਇੱਕ ਪੰਕਤੀ ਆਉਂਦੀ ਹੈ ਕੇਤਕ ਨਾਮ ਜਪਹਿ ਤੇਰੀ ਜੇਵਾ ਸਤਨਾਮ ਤੇਰਾ ਪਰਾਪੂਰਬਲਾ ਕਿ ਸਭ ਤੋਂ ਪੁਰਾਣਾ ਤੇਰਾ ਨਾਮ ਹੈ ਸਤਨਾਮ ਸਤਨਾਮ ਦਾ ਮਤਲਬ ਕੀ ਹੈ ਸੱਚਾ ਨਾਮ ਹੁਣ ਹਿੰਦੂ ਧਰਮ ਦੇ ਵਿੱਚ ਜਦੋਂ ਕੋਈ ਸਰੀਰ ਚੜ੍ਹਾਈ ਕਰ ਜਾਂਦਾ ਉਹਨੂੰ ਜਦੋਂ ਸ਼ਮਸ਼ਾਨ ਘਾਟ ਕਰਦੇ ਉਹਦੋਂ ਕਿ ਬੋਲਦੇ ਆ ਰਾਮ ਨਾਮ ਸਤ ਹੈ ਤੇ ਮੇਰੇ ਖਿਆਲ ਭਗਤ ਰਵੀਦਾਸ ਜੀ ਜਦੋਂ ਨਹੀਂ ਸੀ ਦੁਨੀਆ ਤੇ ਆਏ ਉਸ ਤੋਂ ਪਹਿਲਾਂ ਵੀ ਉਹ ਹਿੰਦੂ ਮਰਦੇ ਸੀ ਉਸ ਤੋਂ ਪਹਿਲਾਂ ਵੀ ਉਹ ਬੋਲਦੇ ਹੋਣਗੇ ਹੁਣ ਆਪਾਂ ਇਹ ਦਾਵਾ ਕਰ ਸਕਦੇ ਹਾਂ ਕਿ ਭਗਤ ਰਵੀਦਾਸ ਜੀ ਨੇ ਸਤਨਾਮ ਜਿਹੜਾ ਉਚਾਰਨ ਕੀਤਾ ਹੁਣ ਅੱਗੇ ਆਜੋ ਉਹ ਕਹਿੰਦਾ ਕਿ ਜਿਹੜਾ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਲੰਗਰ ਸਿਕਾਇਆ ਨਾ ਕਹਿੰਦੇ ਭੁੱਖੇ ਸਾਧੂਆਂ ਨੂੰ ਸਿਕਾਇਆ ਉਹ ਭਗਤ ਰਵੀਦਾਸ ਜੀ ਜਿਹੜੇ ਸੀ ਇਹ ਹੋਰ ਭਗਤ ਕਬੀਰ ਜੀ ਦਾ ਪੀਪਾ ਜੀ ਦਾ ਨਾਂ ਲਿਆ ਉਹਨੇ ਕਿ ਉਹਨਾਂ ਨੇ ਛਕਿਆ ਸੀ ਲੰਗਰ ਤੇ ਗੁਰੂ ਨਾਨਕ ਨੇ ਲੰਗਰ ਤਿਆਰ ਕੀਤਾ ਉਹਨੂੰ ਪ੍ਰਵਾਨ ਕੀਤਾ ਖਾ ਕੇ ਭਗਤ ਰਵਿਦਾਸ ਜੀ ਨੇ ਲੰਗਰ ਦੀ ਰੰਭਤਾ ਕੀਤੀ ਤੇ ਉਸ ਲੰਗਰ ਨੂੰ ਪ੍ਰਵਾਨਗੀ ਰਵਿਦਾਸ ਮਹਾਰਾਜ ਨੇ ਛਕ ਕੇ ਦਿੱਤੀ ਹੈ ਜਦੋਂ ਆਪਾਂ ਕਿਤੇ ਘਰ ਵਿੱਚ ਲੰਗਰ ਤਿਆਰ ਕਰ ਲਈ ਉਹਨੂੰ ਛਕਣ ਵਾਲਾ ਹੀ ਨਾ ਹੋਵੇ ਤੇ ਲੰਗਰ ਤਿਆਰ ਕੀਤਾ ਕੀ ਕਰੇਗਾ ਤੇ ਉਹ ਲੰਗਰ ਤਿਆਰ ਗੁਰੂ ਨਾਨਕ ਨੇ ਕੀਤਾ ਤੇ ਛਕ ਕੇ ਉਹਨੂੰ ਪ੍ਰਵਾਨਗੀ ਰਵਿਦਾਸ ਮਹਾਰਾਜ ਨੇ ਦਿੱਤੀ ਅੱਜ ਵੇਖੋ ਲੰਗਰ ਚੱਲਦੇ ਨੇ ਸਾਧਾ ਲੰਗਰ ਚੱਲਦੇ ਨੇ ਤੇ ਇਹ ਦੋ ਰੈਵਰਾਂ ਦੇ ਚਲਾਈ ਲੰਗਰਾਂ ਦੀਆਂ ਵਰਕਤਾਂ ਨੇ ਦੇਖੋ ਜਦ ਕਿ ਅਸੀਂ ਜੋ ਸਾਡਾ ਇਤਿਹਾਸ ਇਹ ਕਹਿੰਦਾ ਕਿ ਜਿਹੜੇ ਸਾਧੂ ਰਾਜ ਗੁਰੂ ਸਾਹਿਬ ਨੂੰ ਮਿਲੇ ਉਹ ਕਹਿੰਦੇ ਕਿ ਅਸੀਂ ਪ੍ਰਸ਼ਾਦਾ ਛਕਣਾ ਵਾਂ ਤੇ ਫਿਰ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਭਾਈ ਮਰਦਾਨਾ ਜੀ ਨੂੰ ਕਹਿ ਕੇ ਸਾਰੀ ਰਸਤ ਮਗਾ ਕੇ ਤੋਂ ਉਥੇ ਲੰਗਰ ਤਿਆਰ ਕੀਤਾ ਸੀ ਤੇ ਉਹਨਾਂ ਨੂੰ ਸਕਾਇਆ ਸੀ ਪਰ ਉਹ ਕੀ ਕਹਿ ਰਿਹਾ ਕਹਿੰਦਾ ਕਿ ਉਹ ਤੇ ਗੁਰੂ ਜੀ ਵਰਤ ਰਿਹਾ ਮੈਂ ਭਗਤ ਵਰਤ ਰਿਹਾ ਸ਼ਬਦ ਜੋ ਗੁਰਬਾਣੀ ਵਿੱਚ ਲਿਖਿਆ ਕਿ ਭਗਤ ਰਵੀਦਾਸ ਜੀ ਨੇ ਰੋਟੀ ਖਾਧੀ ਖਾ ਕੇ ਉਹਨੂੰ ਪ੍ਰਵਾਨਗੀ ਦਿੱਤੀ ਤੇ ਇਹ ਦੋ ਮਹਾਂਪੁਰਸ਼ਾਂ ਚਲਾਇਆ ਹੋਇਆ ਲੰਗਰ ਜਿਹੜਾ ਉਹ ਅੱਜ ਚੱਲ ਰਿਹਾ ਦੇਖੋ ਜਿਸ ਤਰ੍ਹਾਂ ਗਾਂਧੀ ਨੇ ਕਿਹਾ ਸੀ ਚਾਬੀਆਂ ਦਾ ਮੋਰਚਾ ਜਦੋਂ ਸਿੱਖਾਂ ਨੇ ਜਿੱਤਿਆ ਤੇ ਫੋਕੀ ਸ਼ਾਨ ਮਰੋਲੀ ਕਹਿ ਦਿੱਤਾ ਕਿ ਅੱਧਾ ਮੋਰਚਾ ਸੀ ਜਿੱਤ ਲਿਆ ਵਾ ਅੰਗਰੇਜ਼ਾਂ ਤੋਂ ਜਦ ਕਿ ਉਹਦੇ ਵਿੱਚ ਗਾਂਧੀ ਦਾ ਕੋਈ ਯੋਗਦਾਨ ਨਹੀਂ ਸੀ ਸਿੱਖਾਂ ਨੇ ਆਪਣੀਆਂ ਜਾਨਾਂ ਵਾਰ ਕੇ ਨਨਕਾਣਾ ਸਾਹਿਬ ਜਿਹੜਾ ਆਜ਼ਾਦ ਕਰਾਇਆ ਸੀ ਇਸੇ ਤਰ੍ਹਾਂ ਗੁਰੂ ਨਾਨਕ ਸੱਚੇ ਪਾਤਸ਼ਾਹ ਲੰਗਰ ਲਾਉਂਦੇ ਨੇ ਉਹ ਮਹਾਤਮਾਵਾ ਤੇ ਕਹਿੰਦੇ ਤੇ ਇਹ ਬੰਦਾ ਕਹਿ ਰਿਹਾ ਕਿ ਜੇ ਭਗਤ ਰਵਿਦਾਸ ਜੀ ਨੇ ਉਹਨੂੰ ਖਾ ਕੇ ਪ੍ਰਮਾਣਗੀ ਦਿੱਤੀ ਤਾਂ ਉਹ ਮਤਲਬ ਵੀ ਪ੍ਰਮਾਣ ਹੋ ਗਿਆ ਦੇਖੋ ਜਾਨਕਿ ਗੁਰੂ ਨਾਨਕ ਸਾਹਿਬ ਦਾ ਰੋਲ ਕੋਈ ਨਹੀਂ ਸੀ ਗੁਰੂ ਨਾਨਕ ਸਾਹਿਬ ਨੇ ਤਾਂ ਐਵੇਂ ਲੰਗਰ ਤਿਆਰ ਕਰਤਾ ਸੀ ਫਿਰ ਹੋਰ ਵੀ ਕਈ ਗੱਲਾਂ ਦੱਸਦਾ ਕਿ ਭਾਈ ਮਰਦਾਨੇ ਨੇ ਰਸਾਂ ਮਰਦਾਨੇ ਆकांਸ਼ੀ ਤੇ ਤਲਵੰਡੀ ਦਾ ਮੇਲ ਹੋਣਾ ਪਰ ਹੁਣ ਜੇ ਆਪਾਂ ਗੁਰਬਾਣੀ ਦੀ ਕਸਵੱਟੀ ਦੇ ਗੱਲ ਕਰ ਲਈਏ ਉਹਨੇ ਤਾਂ ਕਹਿਤਾ ਕਿ ਗੁਰੂ ਰਵੀਦਾਸ ਵੱਡਾ ਚਲੋ ਉਹਨੇ ਉਥੋਂ ਛੱਲੜ ਚਾਰ ਇਕੱਠੇ ਕਰਨੇ ਸੀ ਲੋਕਾਂ ਨੂੰ ਖੁਸ਼ ਕਰਨਾ ਸੀ ਪਰ ਆਪਾਂ ਗੁਰਬਾਣੀ ਦੀ ਗੱਲ ਕਰ ਲਈਏ ਸਾਂ ਕਿਉਂਕਿ ਮੈਂ ਕੁਝ ਬੋਲੂਗਾ ਮੈਂ ਗੁਰੂ ਨਾਨਕ ਦਾ ਸਿੱਖਿਆ ਮੈਂ ਹੋ ਸਕਦਾ ਗੁਰੂ ਨਾਨਕ ਸਾਹਿਬ ਬਾਰੇ ਵਾਦਾ ਝੜਾ ਕੇ ਗੱਲ ਕਰਾਂ ਉਹ ਉਹਨਾਂ ਦੀ ਸਟੇਜ ਤੇ ਖਲੋਤਾ ਸੀ ਉਹਨੇ ਵਾਦਾ ਝੜਾ ਕੇ ਗੱਲ ਕੀਤੀ ਪਤਾ ਉਹਨੂੰ ਵੀ ਆ ਕਿ ਸੱਚ ਕੀ ਹੁਣ ਗੁਰਬਾਣੀ ਦੀ ਆਪਾਂ ਜਦੋਂ ਪੰਕਤੀਆਂ ਪੜ੍ਹਦੇ ਆ ਸਵਈਏ ਮਹੱਲੇ ਪਹਿਲੇ ਕੇ ਜਿਹੜੇ ਪੱਟਾ ਨੇ ਲਿਖੇ ਹੋਏ ਆ ਜਿਹੜੇ ਗੁਰੂ ਗ੍ਰੰਥ ਸਾਹਿਬ ਵਿੱਚ ਅੰਕਤ ਆ ਤੁਸੀਂ ਪੜ੍ਹ ਸਕਦੇ ਉਹਦੇ ਵਿੱਚ ਪੰਕਤੀ ਹੁੰਦੀ ਆ ਗੁਣ ਗਾਵੇ ਰਵੇਦਾਸ ਭਗਤ ਜੈਦੇਵ ਤਰਲੋਚਨ ਨਾਮਾ ਭਗਤ ਕਬੀਰ ਸਦਾ ਗਾਵਹਿ ਸਮਲੋਚਨ ਹੁਣ ਇਹਦਾ ਅਰਥ ਕੀ ਆ ਕਿ ਗੁਰੂ ਨਾਨਕ ਸੱਚਿਆ ਪਾਦਸ਼ਾਹ ਤੈਨੂੰ ਰਵੀਦਾਸ ਵੀ ਗਾਰਿਆ ਤੈਨੂੰ ਜੈਦੇਵ ਵੀ ਗਾਰਿਆ ਤੈਨੂੰ ਤਰਲੋਚਨ ਵੀ ਗਾਰਿਆ ਤੈਨੂੰ ਕਬੀਰ ਵੀ ਗਾਰਿਆ ਨਾਮਾ ਵੀ ਗਾ ਰਿਹਾ ਤੈਨੂੰ ਤੇ ਕੌਣ ਗਾ ਰਿਹਾ ਤੈਨੂੰ ਜਿਹੜੇ ਰੱਬ ਨੂੰ ਹਰ ਥਾਂ ਤੇ ਸਮਝਦੇ ਆ ਉਹ ਤੈਨੂੰ ਗਾ ਰਿਹਾ ਇਹ ਗੁਰਬਾਣੀ ਦੀਆਂ ਪੰਕਤੀਆਂ ਲਿਖੀਆਂ ਗੁਰੂ ਗ੍ਰੰਥ ਸਾਹਿਬ ਵਿੱਚ ਇਹਦੇ ਅਰਥ ਤੁਸੀਂ ਪੜ੍ਹ ਸਕਦੇ ਜੀ ਗੁਰਬਾਣੀ ਕਹਿੰਦੀ ਹੈ ਕਿ ਤੈਨੂੰ ਰਵੀਦਾਸ ਗਾ ਰਿਹਾ ਗੁਰੂ ਨਾਨਕ ਸੱਚੇ ਪਾਤਸ਼ਾਹ ਤੇ ਇਹ ਕਹਿ ਰਿਹਾ ਕਿ ਰਵੀਦਾਸ ਜੀ ਜਿਹੜੇ ਨੇ ਭਗਤ ਰਵੀਦਾਸ ਜੀ ਉਹ ਵੱਡੇ ਗੁਰੂ ਨੇ ਗੁਰੂ ਨਾਨਕ ਤੋਂ ਵੱਡੇ ਗੁਰੂ ਨੇ ਤੇ ਜੇ ਉਮਰਾਂ ਦੀ ਆਪਾਂ ਗੱਲ ਕਰਦੇ ਆ ਤੇ ਸ੍ਰੀ ਗੁਰੂ ਹਰਿਕ੍ਰਿਸ਼ਨ ਸੱਚੇ ਪਾਸ਼ਾ 5 ਸਾਲ ਦੀ ਉਮਰ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਵੱਡੀ ਉਮਰੇ ਉਦੋਂ ਵੀ ਆ ਜਦੋਂ ਗੁਰੂ ਗੁਰੂ ਅੰਗਦ ਦੇ ਸੱਚੇ ਪਾਸ਼ਾ ਗੁਰੂ ਅੰਗਦ ਦੇ ਸੱਚੇ ਪਾਸ਼ਾ ਦੀ ਉਮਰ ਛੋਟੀ ਆ ਤੇ ਕੀ ਕਹੀਏ ਗੁਰੂ ਅਮਰਦਾਸ ਕਹਿਣਗੇ ਕਿ ਮੈਂ ਤਾਂ ਤੇਰੇ ਤੋਂ ਉਮਰ ਚ ਵੱਡਾ ਪਰ ਉਹਨੇ ਇੱਕ ਗੱਲ ਕਮਾਈ ਆ ਅਸਲ ਵਿੱਚ ਉਹ ਉਹਨਾਂ ਨੂੰ ਇਹ ਦਰਸਾਉਣਾ ਚਾਹੁੰਦਾ ਸੀ ਲੋਕਾਂ ਨੂੰ ਜਿਹੜੇ ਅੱਗੇ ਬੈਠੇ ਸੀ ਕਿ ਮੈਂ ਭਗਤ ਰਵੀਦਾਸ ਦਾ ਬਹੁਤ ਵੱਡਾ ਸੇਖਿਆ ਤੇ ਭਗਤ ਰਵੀਦਾਸ ਜਿਹੜੇ ਸਭ ਤੋਂ ਵੱਡੇ ਗੁਰੂ ਆ ਪਰ ਗੁਰਬਾਣੀ ਕਹਿੰਦੀ ਆ ਕਿ ਗੁਣ ਗਾਵੇ ਰਵਿਦਾਸ ਇਹ ਗੁਰਬਾਣੀ ਤੁਸੀਂ ਵੜ ਲਿਓ ਮੈਂ ਗਲਤ ਨਹੀਂ ਕਹਿੰਦਾ ਮੈਂ ਕਹਿੰਨਾ ਕਿ ਯਾਰ ਮੈਂ ਵੈਸੇ ਤੇ ਮੈਂ ਤੋਂ 2-2.5 ਸਾਲ ਹੋ ਗਏ ਸੀ ਮੈਂ ਕੱਲ ਪਰਸੋਂ ਉਹ ਜਿਹੜੀ ਚੀਜ਼ ਉਹ ਵੇਖੀ ਆ ਤਾਂ ਕਰਕੇ ਮੈਨੂੰ ਇਹ ਵੀਡੀਓ ਪਾਉਣੀ ਪਈ ਕਿ ਯਾਰ ਹੱਦ ਹੋ ਗਈ ਆ ਤੁਸੀਂ ਠੀਕ ਆ ਭਗਤ ਰਵੀਦਾਸ ਜੀ ਹੁਣ ਅਸੀਂ ਜਦੋਂ ਇਹ ਸ਼ਬਦ ਪੜ੍ਹਦੇ ਆ ਭਗਤ ਰਵੀਦਾਸ ਜੀ ਦਾ ਸ਼ਬਦ ਹੈ RAM ਕਸਈਆਂ ਜੀ ਕੇ ਜੀਵਨਾ ਮੋਹੇ ਨਾ ਬਸਾਰੋ ਮੈਂ ਜਨ ਤੇਰਾ ਅਸੀਂ ਉਸੇ ਹਿਸਾਬ ਨਾਲ ਪੜ੍ਹਦੇ ਆ ਜਿਹੜੇ ਹਸਾਬ ਨਾਲ ਸੀ ਗੁਰੂ ਨਾਨਕ ਸਾਹਿਬ ਦਾ ਸੱਚ ਸ਼ਬਦ ਪੜਦੇ ਗੁਰੂ ਅੰਗਦ ਦੇਵ ਗੁਰੂ ਅਮਰਦਾਸ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜਾਗਰੂ ਤੇਗਵਾਦਰ ਸੱਚੇ ਪਾਤਸ਼ਾਹ ਦੀ ਬਾਣੀ ਪੜਦੇ ਆ ਉਸੇ ਹੀ ਤਰ੍ਹਾਂ ਸੀ ਉਹਨਾਂ ਹੀ ਸਤਕਾਰ ਰੱਖ ਕੇ ਭਗਤ ਰਵੀਦਾਸ ਜੀ ਦੀ ਬਾਣੀ ਪੜਦੇ ਆ ਉਹਨਾਂ ਹੀ ਸਤਕਾਰ ਰੱਖ ਕੇ ਇਹ ਪੱਟਾਂ ਦੀ ਬਾਣੀ ਪੜਦੇ ਉਹਨਾਂ ਹੀ ਸਤਕਾਰ ਰੱਖ ਕੇ ਅਸੀਂ ਸੱਤੇ ਦੇ ਬਲਵੰਡ ਦੀ ਬਾਣ ਪੜਦੇ ਆ ਉਹਨਾਂ ਹੀ ਸਤਕਾਰ ਰੱਖ ਕੇ ਅਸੀਂ ਸੁੰਦਰ ਦੀ ਬਾਣੀ ਪੜਦੇ ਆ ਕਹੇ ਸੁੰਦਰ ਸੁਨੋ ਸੰਤੋ ਸਭ ਜਗਤ ਪੈਰੀ ਪਾਏ ਜੀਓ ਅਸੀਂ ਸਾੜੀ ਬਾਣੀ ਨੂੰ ਪੂਰਾ ਸਤਿਕਾਰ ਦਿੰਨੇ ਆ ਇਹ ਨਹੀਂ ਕਹਿੰਦੇ ਕਿ ਭਗਤ ਰਵੀ ਵੀ ਦਸਦੀ ਬਾਣੀ ਆ ਇਹਨੂੰ ਭਾਵੇਂ ਤੁਸੀਂ ਜਿਸੇ ਮਰਜ਼ੀ ਰੱਖ ਦਿਓ ਕੋਈ ਗੱਲ ਨਹੀਂ ਭਾਵੇਂ ਭਗਤ ਰਵੀ ਦਸਦੀ ਭਗਤਾਂ ਦੀ ਬਾਣੀ ਦੀ ਪੋਥੀ ਹੈ ਤੇ ਭਾਵੇਂ ਜਪਜੀ ਸਾਹਿਬ ਦਾ ਗੁੜਕਾ ਹੈ ਅਸੀਂ ਉਹਨੂੰ ਪੂਰਾ ਸਤਿਕਾਰ ਦੇਣਾ ਅਸੀਂ ਇਹ ਕਹਿਣਾ ਕਿ ਉਹਨੂੰ ਕਿਸੇ ਗੰਦੇ ਹੱਥ ਨਾਲ ਲੱਗਣਾ ਉਹਨੂੰ ਕਿਸੇ ਉਹੋ ਜੀ ਥਾਂ ਤੇ ਨਾ ਰੱਖੋ ਉਹਦੇ ਉੱਲ ਪੇਟ ਕਰਕੇ ਨਾ ਖਲੋ ਅਸੀਂ ਸਤਿਕਾਰ ਕਰਦੇ ਆ ਪਰ ਤੁਸੀਂ ਲੋਕ ਯਾਰ ਜਿਹੜੇ ਗੁਰੂ ਨੇ ਗੁਰੂ ਨੇ ਭਗਤ ਰਵੀਦਾਸ ਨੂੰ ਆਪਣੀ ਗੋਦੀ ਦਾ ਨਿਗ ਦਿੱਤਾ ਜਿਹੜੇ ਗੁਰੂ ਨੇ ਹਰਮੰਦਰ ਸਾਹਿਬ ਦੇ ਵਿੱਚ ਉਹਦੇ ਬਰਾਬਰ ਤੇ ਭਾਲੇ ਆਪਣੇ ਭਗਤ ਰਵੀਦਾਸ ਜੀ ਨੂੰ ਉਸ ਗੁਰੂ ਨੂੰ ਤੁਸੀਂ ਕੀ ਕਿਥੇ ਖੜਨਦਾ ਜੀ ਸੋ ਇਹਦੀ ਕਲਿੱਪ ਮੈਂ ਨਾਲ ਨਾਲ ਥੋੜੀ ਜਿਹੀ ਪਾ ਰਿਹਾ ਕਿਉਂਕਿ ਕਈ ਵਾਰੀ ਇਸ਼ੂ ਬਣ ਜਾਂਦਾ ਹੈ ਕਾਪੀਰਾਈਟ ਦਾ ਇਸ ਕਰਕੇ ਆਪਾਂ ਪੂਰੀ ਵਿਖਾ ਨਹੀਂ ਸਕਦੇ ਪਰ ਇਹਨਾਂ ਲੋਕਾਂ ਨੂੰ ਥੋੜੀ ਬੋਦੀ ਸ਼ਰਮ ਹੋਣੀ ਚਾਹੀਦੀ ਆ ਕਿ ਉਹਨਾਂ ਦੀ ਉਸਤਤ ਕਰੋ ਮਹਾਂਪੁਰਸ਼ਾਂ ਦੀ ਅਸੀਂ ਨਹੀਂ ਉਸਤਤ ਕਰਦੇ ਜਦੋਂ ਉਹਨਾਂ ਦਾ ਦਿਹਾੜਾ ਹੁੰਦਾ ਅਸੀਂ ਉਹਨਾਂ ਦੀ ਬਾਣੀ ਪੜ੍ਹਦੇ ਆ ਅਸੀਂ ਵੀ ਉਹਨਾਂ ਦੀ ਉਸਤਤ ਕਰਦੇ ਆ ਭਗਤ ਰਵੀਦਾਸ ਜੀ ਦੀ ਤੇ ਯਾਰ ਐਦਾਂ ਥੋੜੀਆ ਕਿ ਤੁਸੀਂ ਗੁਰੂ ਨੂੰ ਨੀਚਾ ਵਿਖਾਈ ਜੋ ਸੋ ਇਹ ਨਹੀਂ ਬੇਨਤੀ ਆ ਪ੍ਰਵਾਨ ਕਰ ਲਿਓ ਇੱਕ ਵਾਰੀ ਮੈਂ ਫੇਰ ਦੱਸਦਾ ਮੈਂ ਕਿਸੇ ਦਾ ਵੈਰੀ ਨਹੀਂ ਮੇਰੇ ਸਾਰੇ ਸਤਿਕਾਰਯੋਗ ਐ ਪਰ ਅਸੀਂ ਭਗਤ ਕਹਿ ਕੇ ਸਤਿਕਾਰ ਕਰਦੇ ਆ ਗੁਰੂ ਕਹਿ ਕੇ ਨਹੀਂ ਤੇ ਇਹਦਾ ਮਤਲਬ ਇਹ ਨਹੀਂ ਆ ਕਿ ਜਿਹੜੇ ਗੁਰੂ ਕਹਿੰਦੇ ਅਸੀਂ ਉਹਨਾਂ ਦੇ ਵੈਰੀ ਆ ਉਹ ਆਪਣੇ ਥਾਂ ਦੇ ਸਤਿਕਾਰ ਕਰਦੇ ਆ ਪਰ ਜਦੋਂ ਸਾਡੇ ਗੁਰੂ ਦੀ ਗੱਲ ਹੋ ਜੇਗੀ ਜਦੋਂ ਗੁਰੂ ਦੀ ਤੋਹੀਨ ਦੀ ਗੱਲ ਹੋ ਜੂਗੀ ਤਾਂ ਅਸੀਂ ਬੋਲਾਂਗੇ ਬੋਲਾਂਗੇ ਬੇਨਤੀਆਂ ਪ੍ਰਵਾਨ ਕਰਿਓ ਤੇ ਸ਼ੇਅਰ ਕਰਦੇ ਹੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ